ਜੀ ਮੀਆਂ ਸਾਹਿਬ, ਸ਼ਾਹ ਜੀ ਪੈਕੇਜ ਰਿਸੀਵ ਕਰ ਲਿਆ ਰਾਮਿਕਸ ਚੋਂ। ਇਸ ਮਹੀਨੇ 'ਚ ਦੂਸਰਾ ਪੈਕੇਜ ਆ। ਪਹਿਲਾ ਸੀਗਾ ਆਪਣਾ ਯੂਕੇ ਦਾ, ਇਹ ਹੈਗਾ ਫਰਾਂਸ ਸ਼ੰਜਨ। ਹੁਣ ਚੈੱਕ ਕਰਨਾ, ਅੱਲਾ ਕਰੇ ਦੇਖਦੇ ਹਾਂ। ਅਨਬੋਕਸ ਕਰਨ ਲੱਗੇ ਹਾਂ, ਇੱਦਾਂ ਇਹਦੀ ਸੀਲ ਖੋਲ੍ਹੀ ਆ, ਖੋਲ੍ਹਣਾ ਤੱਕ ਉਹਦੇ ਵਿੱਚ ਪੈਕ ਖੋਰ ਹੁੰਦਾ। ਹੁਣ ਇਹਦੇ ਵਿੱਚ ਨਾ ਅਗਰ ਜੇ ਲੈਟਰ ਹੈਗਾ ਵਿੱਚ ਇਹਦੇ, ਇਟ ਮੀਨਸ ਵੀਜ਼ਾ ਰਿਜੈਕਟ ਆ। ਜੇ ਜੇ ਲੈਟਰ ਨਹੀਂ ਹੈਗਾ, ਸਿਰਫ ਪਾਸਪੋਰਟ 'ਤੇ ਵੀਜ਼ਾ ਲੱਗ ਗਿਆ। ਬਿਸਮਿਲ੍ਲਾ ਰਹਿਮਾਨ ਰਹੀਮ, ਅੱਲਾ ਪਾਕ ਖੈਰ ਕਰੇ। ਸਰ ਲੈਟਰ ਤਾਂ ਕੋਈ ਨਹੀਂ ਫਿਲ ਵਕਤ, ਵਰਕੇ ਬਹੁਤ ਫਰੋਲੇ ਪੈਂਦੇ ਯਾਰ ਚੈੱਕ ਕਰਨ ਵਾਸਤੇ। ਆਪਣਾ ਯੂਕੇ ਦਾ ਸੀਗਾ ਉਹ ਯਾਰ, ਸ਼ੰਜਨ ਲੱਗ ਗਿਆ ਮੀਆਂ ਸਾਹਿਬ। ਆਲ ਦ ਸਟੇਟਸ ਆਫ ਸ਼ੰਜਨ, 1 month, ਮਲਟੀਪਲ ਐਂਟਰੀਜ ਯਾਰ, ਵਾਹ 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 ਵਾਹ, ਮਾਸ਼ਾਅੱਲਾ। ਸਰ ਜਦੋਂ ਲੈਟਰ ਨਹੀਂ ਹੁੰਦਾ ਨਾ ਵਿੱਚ, ਇਟ ਮੀਨਸ ਉਹਦਾ ਵੀਜ਼ਾ ਲੱਗ ਗਿਆ। ਹੁਣ ਆਪਣਾ ਲੈਟਰ ਨਹੀਂ ਸੀ ਹੈਗਾ ਬਿਲਕੁਲ, ਉਹਨੇ ਯੂਕੇ ਦੇ ਅਗਲੀ ਸਾਈਡ 'ਤੇ ਲਾਇਆ ਵੀਜ਼ਾ। ਵਾਹ, ਬਿਗ ਅਚੀਵਮੈਂਟ ਮੀਆਂ ਸਾਹਿਬ। ਲਾਸਟ 6 months 'ਚ ਮੇਰਾ ਕੋਈ 7-8 ਇੰਟਰਨੈਸ਼ਨਲ ਟ੍ਰਿਪ ਹੋਇਆ, 6 ਮਹੀਨਿਆਂ 'ਚ। ਇਸ ਮਹੀਨੇ 'ਚ ਦੂਸਰਾ ਵੀਜ਼ਾ ਮੈਨੂੰ ਪਾਵਰਫੁਲ ਕੰਟਰੀ ਦਾ ਮਿਲਿਆ, ਫਰਾਂਸ ਦਾ। ਓਕੇ, ਔਰ 6ਵੇਂ ਦਿਨ ਮੇਰਾ ਰਿਜ਼ਲਟ ਆਇਆ, 6ਵੇਂ ਦਿਨ ਫਰਾਂਸ ਦਾ ਮੇਰਾ 6th day ਰਿਜ਼ਲਟ ਆਇਆ। ਉਹਦੇ ਵਿੱਚ ਵੀ 2 working days ਸੀਗੇ, ਬਾਕੀ 3 ਛੁੱਟੀਆਂ ਸੀਗੀਆਂ। ਥਰਸਡੇ ਨੂੰ ਮੇਰੀ ਐਪਲੀਕੇਸ਼ਨ ਰਿਸੀਵ ਹੋਈ ਆ, ਸੰਡੇ ਨੂੰ ਮੈਸੇਜ ਆ ਗਿਆ ਸੀ ਮੈਨੂੰ। ਅਲਹਮਦੁਲਿਲਾ, ਤੁਹਾਡਾ ਭਰਾ ਰਿਪੋਰਟ ਆ ਮੀਆਂ ਸਾਹਿਬ, ਰਿਪੋਰਟ। ਅਗਲੀ ਗੱਲ ਬਾਅਦ 'ਚ ਦੱਸਦੇ ਸਾਨੂੰ। ਆਲ ਦਾ ਬੈਸਟ।